ਤੁਹਾਡੇ ਘਰੇ ਕੱਤੀ ਪੈਨਸ਼ਨ ਆਉਣ ਉਦੋਂ ਖਜ਼ਾਨਾ ਖਾਲੀ ਨਹੀਂ ਹੁੰਦਾ ਤਾਂ ਹੁਣ ਇਹਦੀਆਂ ਅੱਖਾਂ ਚੋਂ ਹੰਜੂ ਨਹੀਂ ਆਇਆ ਕਰ ਲਿਆ ਹੁਣ ਇਹਦੀਆਂ ਅੱਖਾਂ ਦੇ ਮੂਰੇ ਢੇਰਾ ਆਇਆ ਕਰੂਗਾ ਇਹ ਨਾ ਇਧਰ ਬਠਿੰਡੇ ਤੋਂ ਬਾਈਪਾਸ ਹੋ ਕੇ ਲੱਗਿਆ ਕਰੂਗਾ ਕਿ ਜੇ ਕਿਤੇ ਭਲੇਖੇ ਰੱਚੀਗੜ ਜਾਊਗਾ ਤਾਂ ਹੁਣ ਇਹ ਬਠਿੰਡੇ ਨਹੀਂ ਵੜਦਾ ਕਹਿੰਦੇ ਕਮੈਂਟ ਆ ਰਿਹਾ ਕਿਹਦੇ ਮੁਲਾਜ਼ਮਾਂ ਦੇ ਕਾਲਜੇ ਠੰਡ ਪਈ ਐ ਪਈ ਐ ਬਿਲਕੁਲ ਜੀ ਬਿਲਕੁਲ ਠੰਡ ਕਾਦੀ ਸਾਡੇ ਤਾਂ ਬਾਰਫ ਜਾਮੀ ਪਈ ਐ ਜਿਹੜੀ ਹਰ ਸਿਮਰਤ ਕਹਿੰਦੀ ਸੀ ਕਿ ਉਹਨਾਂ ਦਾ ਕੱਖ ਨਾ ਰਹੇ ਤੇ ਫਿਰ ਉਹਨਾਂ ਦਾ ਕੱਖ ਰਿਹਾ ਵੀ ਨਹੀਂਗਾ ਹੁਣ ਫਿਰ ਬਠਿੰਡੇ ਵਾਲਿਆਂ ਨੇ ਵੀ ਆਪ ਦਾ ਰਿਕਾਰਡ ਕਾਇਮ ਰੱਖਦੇ ਹੋਏ ਇਹਨਾਂ ਨੂੰ ਨਿਉਂਦਾ ਪਾ ਕੇ ਤੇ ਇਹਨਾਂ ਨੂੰ ਵਾਪਸ ਆ ਜਿਹੜਾ ਗਿੱਦੜ ਵੇ ਬਾਦਲ ਦੇ ਬੁੱਕਲ ਦੇ ਵਿੱਚ ਭੇਜਿਆ ਹੈਗਾ ਵੀ ਲੋਕਾਂ ਗਊਦਾਨ ਕਰਦੇ ਆ ਜਾਂ ਪ੍ਰਾਪੋਕਦਾਨ ਕਰ ਦਿੰਦੇ ਆ ਤੇ ਇਹ ਇਹ ਪਤਾ ਨਹੀਂ ਕਿਹਦੇ ਹਿਸਾਬ ਦੇ ਨਾਲ ਅੱবি ਪੜਤਾਂ ਨੂੰ ਕੱਟਾਦਾਨ ਕਰਨ ਵਾਸਤੇ ਬੈਠ ਗਿਆ ਕਿ ਇਹਨਾਂ ਦੇ ਉੱਤੇ ਮੁਲਾਜ਼ਮ ਤੇ ਪੈਨਸ਼ਨਰ ਬੜੇ ਔਖੇ ਸੀਗੇ ਇਹਨਾਂ ਨੂੰ ਬੜਾ ਭਲੇਖਾ ਜਿਹਾ ਤੇ ਬੜਾ ਹੰਕਾਰ ਸੀਗਾ ਇਹਨਾਂ ਨੂੰ ਕਿ ਇਹਨਾਂ ਨੂੰ ਇਹਨਾਂ ਨੂੰ ਪੈਸੇ ਦਾ ਮਾਲ ਸੀਗਾ ਟਰਮਲ ਦੀਆਂ ਚਿਮੜੀਆਂ ਡੇਗੀਆਂ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਇਹਦੇ ਵਾਸਤੇ ਤੇ ਇਹ ਜਿਵੇਂ ਚਿਮੜੀਆਂ ਡਿੱਗੀਆਂ ਐ ਐ ਨਹੀਂ ਡਿੱਗਣਗੇ ਤੇ ਉਹ ਸਾਡੀ ਵੀ ਗੱਲ ਕਦੇ ਸੱਚ ਹੋ ਗਈ ਮੈਂ ਮੱਝੇ ਬੋਲ ਲੈਣਾ ਤੈਨੂੰ ਇਹ ਨਹੀਂ ਪਤਾ ਸੀ ਪੜਾਉਣ ਵਾਲੀ ਮੰਜੀ ਠੋਕਰ ਵੀ ਜਾਣਦੇ ਜੇ ਤੂੰ ਮੁੱਲ ਲੈਣਾ ਤਾਂ ਕਿ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ ਪਾਪ ਕਮਾਇਆ ਸੀ ਆ ਗੁਰਦਾਣਾਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਕੇ ਤਾਂ ਇਹ ਇਹ ਇਹਨਾਂ ਨੂੰ ਉਹਦਾ ਫਲ ਮਿਲਿਆ ਹੈਗਾ ਬਹੁਤ ਸਤਵੇਂ ਦੇ ਵਿੱਚ ਹੋਣਗੇ ਤੇ ਹੋਣਾ ਵੀ ਚਾਹੀਦਾ ਇਹਨਾਂ ਨੂੰ ਇਹ ਲੋਕਾਂ ਦੇ ਨਾਲ ਮਜ਼ਾਕ ਕਰਦੇ ਫਿਰਦੇ ਆ ਕਹਿੰਦੇ ਕਿਸੇ ਦੀ ਬੱਕਰੀ ਚੋਲੀ ਕਹਿੰਦੇ ਕਿਸੇ ਦੀ ਗਾਂ ਚੋਲੀ ਕਹਿੰਦੇ ਕਿਸੇ ਦੇ ਝੁੱਲ੍ਹੇ ਤੇ ਜਾ ਕੇ ਬਹਿ ਗਏ ਸਾਚੀ ਕਾਲ ਜੀ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪੰਜਾਬ ਦੇ ਨਤੀਜੇ ਹੈਰਾਨੀਜਨਕ ਨੇ ਪੰਜਾਬ ਨੇ ਇਤਿਹਾਸ ਬਣਾ ਦਿੱਤਾ ਜਿੰਨਾ ਬਿਨਾ ਕਦੇ ਵਿਧਾਨ ਸਭਾ ਸ਼ੋਭਦੀ ਨਹੀਂ ਸੀ ਜਿਹੜੇ ਕਹਿੰਦੇ ਸੀ ਕਿ ਵਿਧਾਨ ਸਭਾ ਦੇ ਵਿੱਚ ਆ ਚਿਹਰੇ ਤਾਂ ਜਾਣੀ ਜਾਣੇ ਆ ਕਿਸੇ ਪਾਰਟੀ ਵੱਲੋਂ ਦੀ ਹੋ ਕੇ ਚਲੇ ਜਾਣ ਉਹ ਚਿਹਰੇ ਅੱਜ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਹੋ ਚੁੱਕੇ ਨੇ ਲਗਭਗ ਕਈ ਲੀਡਰਾਂ ਦਾ ਕਈ ਵੱਡੇ ਲੀਡਰਾਂ ਦਾ ਤਾਂ ਸਿਆਸੀ ਪੁਹਿਖ ਵੀ ਦਾਤੇ ਲੱਗ ਚੁੱਕਿਆ ਇੱਕ ਚਿਹਰਾ ਜਿਹੜਾ ਸਰਕਾਰ ਚਾਹੇ ਕਿਸੇ ਦੀ ਵੀ ਸੀ ਕਾਲੀਆਂ ਦੀ ਸੀ ਬਣ ਗਈ ਉਸ ਤੋਂ ਬਾਅਦ ਕਾਂਗਰਸ ਦੀ ਬਣੀ ਉਹ ਚਿਹਰਾ ਵਿੱਤ ਮੰਤਰੀ ਦੇ ਰੂਪ ਦੇ ਵਿੱਚ ਦੋਨਾਂ ਦੇ ਵਿੱਚ ਰਿਹਾ ਉਹ ਚਿਹਰਾ ਮਨਪ੍ਰੀਤ ਸਿੰਘ ਬਾਦਲ ਸੀ ਬਾਦਲ ਪਰਿਵਾਰ ਦੇ ਨਾਲ ਸੰਬੰਧ ਸੀ ਬਾਦਲ ਜੁੜਦਾ ਸੀ ਉਹਨਾਂ ਦੇ ਨਾਂ ਨਾਲ ਵੀ ਤੇ ਉਹ ਚਿਹਰਾ ਵੀ ਜਿਹੜਾ ਬਠਿੰਡਾ ਸੀਟ ਤੋਂ ਸਾਫ਼ ਹੋ ਗਿਆ ਉਹ ਵੀ ਵੱਡੀ ਗਿਣਤੀ ਦੇ ਉੱਤੇ ਵੱਡੀ ਲੀਡ ਦੇ ਨਾਲ ਮੁਲਾਜ਼ਮ ਬੜੇ ਔਖੇ ਸੀ ਉਹਨਾਂ ਦੇ ਉੱਤੇ ਮੁਲਾਜ਼ਮਾਂ ਦੇ ਇੱਕ ਆਗੂ ਗੁਰਸੇਵਕ ਸਿੰਘ ਸੰਧੂ ਸਾਡੇ ਨਾਲ ਨੇ ਸੰਧੂ ਸਾਹਿਬ ਇਸ ਹਾਰ ਨੂੰ ਕਿਵੇਂ ਦੇਖਦੇ ਨੇ ਸਾਰੇ ਰਿਜ਼ਲਟ ਤੇ ਵੀ ਗੱਲਬਾਤ ਕਰਾਂਗੇ ਸੰਧੂ ਸਾਹਿਬ ਪਹਿਲਾ ਕਮੈਂਟ ਲਾਵਾਂਗੇ ਮਨਪ੍ਰੀਤ ਸਿੰਘ ਬਾਦਲ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਫਤਿਹ ਬੁਲਾਉਣਾ ਹੈ ਵੈਗੂ ਜੀ ਦਾ ਖਾਲਸਾ ਤੇ ਵੈਗੂ ਜੀ ਦੀ ਫਤਿਹ ਦੂਜੀ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਜਿਹੜੀ ਹੈ ਉਹ ਬਾਦਲ ਰਹਿਤ ਕਰਤੀ ਯਾਨੀ ਹੁਣ ਬਾਦਲ ਨਹੀਂ ਹੋਣਗੇ ਇਹਦੇ ਵਿੱਚ ਔਰ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਹੈ ਕਿ ਖਜ਼ਾਨਾ ਮੰਤਰੀ ਜਿਹੜੇ ਹੈ ਵੀ ਇਹਨਾਂ ਦੀ ਹਾਰ ਜਿਹੜੀ ਹੈ ਵੀ ਇਹਦੇ ਵਿੱਚ ਮੈਂ ਇੱਕ ਕਮੈਂਟ ਕਰਾਂ ਹਾਂਜੀ ਮੈਨੂੰ ਇਸ ਗੱਲ ਕਰਦੇ ਨੂੰ ਬੜੀ ਖੁਸ਼ੀ ਹੋ ਰਹੀ ਹੈ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਿਵੇਂ ਕਰਾਂ ਜੀ ਜੀ ਕਿਉਂਕਿ ਇਹਨਾਂ ਨੇ 5 ਸਾਲ ਇੱਕੋ ਹੀ ਰੱਟ ਲਾਈ ਰੱਖੀ ਕੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਤੇ ਉਹਦੇ ਇਹਦੇ ਵਿੱਚ ਜਿੰਨੀਆਂ ਇਹਨਾਂ ਨੇ 2017 ਦੇ ਵਿੱਚ 63000 ਵੋਟ ਇਹਨਾਂ ਨੂੰ ਟੋਟਲ ਪਈ ਸੀਗੀ ਤੇ 18000 ਸੰਬਧਕ ਦੇ ਉੱਤੇ ਇਹਨਾਂ ਨੇ ਜਿੱਤ ਹਾਸਲ ਕੀਤੀ ਸੀ ਤੇ ਫਿਰ ਬਠਿੰਡੇ ਵਾਲਿਆਂ ਨੇ ਵੀ ਆਪ ਦਾ ਰਿਕਾਰਡ ਕਾਇਮ ਰੱਖਦੇ ਹੋਏ 63000 ਤੇ 581 ਵੋਟਾਂ ਤੇ ਇਹਨਾਂ ਨੂੰ ਨਿਯੁੰਤਾ પા ਕੇ ਤੇ ਇਹਨਾਂ ਨੂੰ ਵਾਪਸ ਜਿਹੜਾ ਗਿੱਦਲ ਬਏ ਬਾਦਲ ਦੇ ਬੁੱਕਲ ਦੇ ਵਿੱਚ ਭੇਜਿਆ ਹੈਗਾ ਸੋ ਇਹੇ ਨਤੀਜਾ ਆਇਆ ਕਿ ਇਹਦਾ ਦੇ ਉੱਤੇ ਮੁਲਾਜ਼ਮ ਤੇ ਪੈਨਸ਼ਨਰ ਬੜੇ ਔਖੇ ਸੀਗੇ ਤੇ ਜਿਹੜੀ ਇਹ ਬਠਿੰਡਾ ਸੀਟ ਹੈ ਇਸ ਬਠਿੰਡਾ ਸ਼ਹਿਰੀ ਹਲਕੇ ਦੇ ਵਿੱਚ ਮੁਲਾਜ਼ਮ ਦੇ ਪੈਨਸ਼ਨਰਾਂ ਦਾ ਘੱਟੋ ਘੱਟ 40-45 ਹਜ਼ਾਰ ਦੇ ਕਰੀਬ ਇਹਨਾਂ ਦੀ ਇਥੇ ਵੋਟ ਹੈਗੀ ਹੈ ਠੀਕ ਹੈ ਔਰ ਇਹਨਾਂ ਦੇ ਨਾਲ ਇਥੇ ਸ਼ਹਿਰੋਂ ਕਰਕੇ ਕਿ ਜਦੋਂ ਚਾਰ ਪੈਸੇ ਮੁਲਾਜ਼ਮ ਜਾਂ ਪੈਨਸ਼ਨਰ ਨੂੰ ਮਿਲਦੇ ਆ ਤਾਂ ਦੁਕਾਨਦਾਰ ਵੀ ਉਦੋਂ ਹੀ ਖੁਸ਼ ਹੁੰਦਾ ਹੈ ਉਦੋਂ ਹੀ ਜਿਹੜਾ ਮੁਲਾਜ਼ਮ ਤੇ ਪੈਨਸ਼ਨਰ ਆ ਜਿਹੜਾ ਉਹ ਦੁਕਾਨ ਦੇ ਉੱਤੇ ਜਾਂਦਾ ਤੇ ਇਹਦੇ ਨਾਲ ਜਿਹੜੇ ਸਾਰੇ ਵਰਗੀ ਉਦੋਂ ਖੁਸ਼ ਹੁੰਦੇ ਹੈਗੇ ਆ ਤਾਂ ਇਸ ਕਰਕੇ ਸਾਰੇ ਵਰਗੀ ਇਸ ਤੋਂ ਨਾਰਾਜ਼ ਸੀਗੇ ਨਰਾਇਸ ਜੀ ਜਿਵੇਂ ਬਾਦਲ ਮੁਕਤ ਤੁਸੀਂ ਕਿਹਾ ਆ ਸੰਧੂ ਸਾਹਿਬ ਤੁਸੀਂ ਇਹ ਸੋਚਿਆ ਸੀ ਕਦੇ ਵੀ ਪੰਜਾਬ ਦੀ ਸਿਆਸਤ ਕਿਹਾ ਜਾਂਦਾ ਸੀ ਕਿ ਆ ਚਿਹਰੇ ਤਾਂ ਜਿੱਤਣਗੇ ਇਹ ਤਾਂ ਕੁਝ ਹੋ ਜੇ ਮਿਲ ਕੇ ਜਿੱਤਣਾਂ ਪਿਛਲੀ ਵਾਰੀ ਵੀ ਇਲਜ਼ਾਮ ਲੱਗਿਆ ਕਿ ਰਲ ਮਿਲ ਕੇ ਜਿੱਤੇ ਵੀ ਆ ਚਿਹਰੇ ਵੀ ਕਦੇ ਹਾਰ ਜਾਣਗੇ ਹਾਂਜੀ ਇਸ ਵਾਰ ਸਾਨੂੰ ਲੱਗ ਰਿਹਾ ਸੀਗਾ ਕਿ ਜਿਵੇਂ ਗੁਪਤ ਵੋਟ ਲੋਕਾਂ ਨੇ ਜਿਵੇਂ ਪਾਈ ਸੀਗੀ ਤੇ ਜਿਵੇਂ ਲੋਕ ਦੱਸ ਰਹੇ ਸੀ ਜਿਵੇਂ ਸਰਵੇ ਹੋ ਰਹੇ ਸੀਗੇ ਸਾਰੇ ਚੈਨਲਾਂ ਵੱਲੋਂ ਤੁਹਾਡੇ ਵਰਗੇ ਵੱਲੋਂ ਸਾਰਿਆਂ ਤੋਂ ਕਿਤੇ ਪਟਿਆਲੇ ਦੇ ਸਰਵੇ ਦੇਖ ਰਹੇ ਹਾਂ ਅਸੀਂ ਕਿਤੇ ਮੁਹਾਲੀ ਦੇ ਸਰਵੇ ਦੇਖ ਰਹੇ ਹਾਂ ਕਿਤੇ ਟ੍ਰਾਂਸਪੋਰਟ ਦੇ ਦੇਖ ਰਹੇ ਹਾਂ ਕਿਤੇ ਅੰਬਰਸਰ ਦੇ ਦੇਖ ਰਹੇ ਹਾਂ ਤੇ ਅਰ ਕਿ ਲੱਗਦਾ ਸੀਗਾ ਕਿ ਵੱਡੇ ਵੱਟੇ ਜਿਹੜੇ ਆ ਬਾਬਾ ਬੋਰਡ ਆ ਉਹ ਸਾਰੇ ਡਿੱਗਣਗੇ ਸੋ ਇਹਨਾਂ ਨੂੰ ਬੜਾ ਭਲੇਖਾ ਜਿਹਾ ਤੇ ਬੜਾ ਹੰਕਾਰ ਸੀਗਾ ਇਹਨਾਂ ਨੂੰ ਕਿ ਇਹਨਾਂ ਨੂੰ ਇਹਨਾਂ ਨੂੰ ਪੈਸੇ ਦਾ ਮਨਾਲ ਸੀਗਾ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਇਸ ਵਾਰ ਪ੍ਰਕਾਸ਼ਿਕ ਬਾਦਲ ਵੀ ਹਰੂਗਾ ਮਨਪ੍ਰੀਤ ਬਾਦਲ ਵੀ ਹਰੂਗਾ ਤੇ ਪੈਸਾ ਵੀ ਹਰੂਗਾ ਇਹਨਾਂ ਦਾ ਸੋ ਇਸ ਕਰਕੇ ਕਿ ਸਾਰਾ ਜਿਹੜਾ ਬਾਦਲ ਪਰਿਵਾਰ ਹੈ ਤੇ ਉਹ ਮਤਲਬ ਜਿਹੜਾ ਹਰਿਆ ਹੈਗਾ ਔਰ ਬਹੁਤ ਸਤਵੇਂ ਦੇ ਵਿੱਚ ਹੋਣਗੇ ਤੇ ਹੋਣਾ ਵੀ ਚਾਹੀਦਾ ਇਹਨਾਂ ਨੂੰ ਕਿਉਂਕਿ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਸਾਰਾ ਕੁਝ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਪੰਜਾਬ ਦੇ ਸਿਰ ਸਾਨੂੰ ਅੰਗਰੇਜ਼ਾਂ ਨੇ ਤਾਂ ਉਹਨਾਂ ਹੀ ਲੁੱਟਿਆ ਸੀ ਜਿਹੜਾ ਸਾਡੇ ਕੋਲੇ ਸੀਗਾ ਪਰ ਇਹਨਾਂ ਨੇ ਤਾਂ ਸਾਡੇ ਤੇ 1.3 ਲੱਖ ਕਰੋੜ ਕਰਜ਼ਾ ਚੜਾ ਕੇ ਸਾਡਾ ਉਹ ਵੀ ਲੁੱਟ ਕੇ ਖਾ ਗਏ ਤੇ ਫੇਰ ਵੀ ਇਹਨਾਂ ਦਾ ਖਜ਼ਾਨਾ ਜਿਹੜਾ ਉਹ ਖਾਲੀ ਦਾ ਖਾਲੀ ਸੀਗਾ ਤੇ ਇਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੇ ਜਿਹੜਾ ਪੀਪਾ ਹੈ ਉਹ ਵੀ ਉਹਦਾ ਖਾਲੀ ਹੈ ਖਾਲੀ ਚਿੱਬਾ ਕਰਕੇ ਉਹਨੂੰ ਫੜਾਇਆ ਤੇ ਹੁਣ ਉਹ ਜਿਹੜਾ ਕਸੇ ਲਾ ਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਜਦੋਂ ਮੈਂ ਚਿਮੜੀਆਂ ਦੇ ਕੋਲ ਦੀ ਲੰਘਦਾ ਤੇ ਰੱਬ ਮਿਹਰ ਕਰੇ ਸ਼ਾਇਦ ਇਹ ਚਿਮੜੀਆਂ ਦੇ ਵਿੱਚੋਂ ਇਹ ਕੂਲਿੰਗ ਟਾਵਰਾਂ ਦੇ ਵਿੱਚੋਂ ਦੁਬਾਰੇ ਫੇਰ ਭਾਪ ਤੇ ਇਹ ਚਿਮੜੀਆਂ ਦੁਬਾਰੇ ਬਣ ਜਾਣ ਤੇ ਫਿਰ ਤੁਹਾਨੂੰ ਨਿਕਲ ਲੱਗੇ ਜਿਆ ਸੂਰਜੀ ਊਰਜਾ ਜ਼ਿਆਦਾ ਲੱਗੇ ਤਾਂ ਹੁਣ ਇਹ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਆਇਆ ਕਰ ਲਗੇ ਹੁਣ ਇਹ ਦੀਆਂ ਅੱਖਾਂ ਦੇ ਮੂਰੇ ਨੇੜਾ ਆਇਆ ਕਰੂਗਾ ਇਹ ਨਾ ਇਧਰ ਬਠਿੰਡੇ ਤੋਂ ਬਾਈਪਾਸ ਹੋ ਕੇ ਲੱਗਿਆ ਕਰੂਗਾ ਕਿ ਜੇ ਕਿਤੇ ਭਲੇਖੇ ਰਚਨੀਗੜ ਜਾਊਗਾ ਤਾਂ ਹੁਣ ਇਹ ਬਠਿੰਡੇ ਨਹੀਂ ਬਣਦਾ ਬਠਿੰਡੇ ਨਹੀਂ ਵੜਦਾ ਇਹੋ ਜਿਹਾ ਬਠਿੰਡੇ ਚ ਕਰਦਾ ਹਾਂ ਹਾਂ ਜੀ ਇਦਾਂ ਇਹਦਾ ਜੂੜ ਵੱਢਿਆ ਇਹੋ ਜਿਹਾ ਇਹ ਹੁਣ ਬਠਿੰਡੇ ਚ ਨਹੀਂ ਵੜਦਾ ਬਠਿੰਡੇ ਅੱਛਾ ਇੱਕ ਹੋਰ ਗੱਲ ਆ ਇਹ ਕਹਿੰਦੇ ਰਹਿੰਦੇ ਸੀ ਖਜ਼ਾਨਾ ਖਾਲੀ ਖਾਲੀ ਲਗਾਤਾਰ ਖਾਲੀ ਖਾਲੀ ਕਹਿੰਦੇ ਰਹਿੰਦੇ ਸੀਗੇ ਕਹਿੰਦੇ ਆ ਕਿ ਜੁਬਾਨ ਤੇ ਸਰਸੋਤੀ ਬੈੰਦੀ ਦਿਨ ਚ ਇੱਕ ਵਾਰ ਕਿਤੇ ਇਹ ਨਾ ਹੋਵੇ ਕਿ ਜਿਹੜੀਆਂ ਮਸ਼ੀਨਾਂ ਵੀ ਖਾਲੀ ਆ ਕਿਤੇ ਖਾਲੀ ਖਾਲੀ ਚੱਕਰ ਚ ਭੁਲੇਖਾ ਲੱਗ ਗਿਆ ਹੋਵੇ ਇਹ ਵੀ ਚੀਜ਼ ਦਾ ਹਾਂਜੀ ਇਹ ਤਾਂ ਫਿਰ ਇਹਦਾ ਹੁੰਦਾ ਹੀ ਆ ਵੀ ਜਦੋਂ ਤੁਸੀਂ ਲੋਕਾਂ ਨੂੰ ਬੇਕੂਬ ਬਣਾਓਗੇ ਲੋਕਾਂ ਨੂੰ ਬੇਇਮਾਨੀ ਕਰੋਗੇ ਮੈਂ ਬੜਾ ਹੈਰਾਨ ਆ ਕਿ ਇਹਦਾ ਇਹਦਾ ਬੇਟਾ ਹੈਗਾ ਮਨਪ੍ਰੀਤ ਬਾ ਇੱਕ ਦਿਨ ਕਿਸੇ ਚੈਨਲ ਦੇ ਉੱਤੇ ਤੁਹਾਡੇ ਵਰਗੇ ਭਰਾ ਨੂੰ ਕਹਿ ਰਿਹਾ ਕਿ ਜੀ ਇਹ 2% ਮੁਲਾਜ਼ਮ ਹੈ ਇਹਨਾਂ ਤੇ 70% ਮੈਨੂੰ ਤਾਂ ਇਹਨਾਂ ਦੀ ਮੰਗ ਬਾਜ਼ ਮੈਨੂੰ ਨਹੀਂ ਲੱਗਦੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿ ਕਿਸ ਕਪਸਟੀ ਦੇ ਵਿੱਚ ਕਹਿੰਦੇ ਹੋ ਕਿ ਸਲੂਤਾ ਇਹਨਾਂ ਦੀ ਮੈਨੂੰ ਤਾਂ ਇਹਨਾਂ ਦੀ ਮੰਗ ਬਾਜਪੀ ਨਹੀਂ ਲੱਗਦੀ ਤੇਰੇ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਤੇਰੇ ਕੋਲ ਕੋਈ ਸਿਆਸੀ ਅਹੁਦਾ ਨਹੀਂ ਤੁਸੀਂ ਕਿਸ ਕਪੈਸਿਟੀ ਦੇ ਬੱਚੇ ਗੱਲ ਕਹਿੰਦੇ ਹੋ ਔਰ ਤੁਸੀਂ ਤਾਂ ਤੇਰਾ ਤੇਰਾ ਲੱਖ ਰੁਪਿਆ ਜਿਹੜਾ ਉਹ ਰਗੂ ਟਰਾਂਸਪੋਰਟ ਬੱਸ ਦਾ ਜਿਹੜਾ ਟੈਕਸ ਲਾ ਭਰੋ ਤਾਂ ਉਹਤਲਾ ਖਜ਼ਾਨਾ ਖਾਲੀ ਨਹੀਂ ਤੁਹਾਡੇ ਘਰੇ 31 ਪੈਨਸ਼ਨ ਆਉਣ ਉਦੋਂ ਖਜ਼ਾਨਾ ਖਾਲੀ ਨਹੀਂ ਹੁੰਦਾ ਤੁਸੀਂ ਮਤਲਬ ਬਾਦਲ ਪਰਿਵਾਰ ਟੋਟਲ ਪੰਜਾਬ ਦੀ ਆਬਾਦੀ ਦਾ ਜਿਹੜਾ ਸਾਰਾ ਬਜਟ ਆ ਉਹਦਾ 60% ਜਾਇਦਾ ਤੁਹਾਡੇ ਕੋਲੇ ਹੋਵੇ ਤਾਂ ਫਿਰ ਤੁਸੀਂ ਕਹਿੰਦੇ ਹੋ ਖਜ਼ਾਨਾ ਖਾਲੀ ਹੈ ਤੇ ਤੁਹਾਡੀ ਆਮਦਨ ਜਿਹੜੀ ਹੈ 5 ਸਾਲਾਂ ਦੇ ਵਿੱਚ 38 ਕਰੋੜ ਤੋਂ 72 ਕਰੋੜ ਹੋ ਗਈ ਤੇਰੇ ਪਾਪੇ ਦੀ ਤੇ ਲੋਕਾਂ ਵਾਸਤੇ ਖਜ਼ਾਨਾ ਖਾਲੀ ਹੈ ਸੋ ਇਸ ਕਰਕੇ ਲੋਕ ਬਹੁਤਾ ਚਿਰ ਬੇਕੂਫ ਨਹੀਂ ਬਣਦੇ ਹੁੰਦੇ ਤੇ ਇਹਨਾਂ ਨੇ ਵਸੇਰਾ ਬਣਾ ਲਿਆ ਸੋ ਇਸ ਕਰਕੇ ਇਹ ਜਿਹੜਾ ਪੰਜਾਬ ਦੇ ਲੋਕਾਂ ਨੇ ਇਤਿਹਾਸ ਰਚਿਆ ਜਿਹੜਾ ਪੰਜਾਬ ਦੇ ਲੋਕਾਂ ਨੇ ਇਹ ਫੈਸਲਾ ਲਿਆ ਤੇ ਉਹ ਬਹੁਤ ਵਧੀਆ ਹੈਗਾ ਔਰ ਇਹਨਾਂ ਨੂੰ ਹੁਣ ਸਬਕ ਸਿੱਖ ਲੈਣਾ ਚਾਹੀਦਾ ਤੇ ਇਹ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਬਿਲਕੁਲ ਗਾਇਬ ਹੈ ਇਹ ਕਦੇ ਭੁੱਲ ਜਾਣ ਹੁਣ ਕਿ ਸਾਡਾ ਰਾਜ ਭਾਗ ਹੁਣ ਕਦੇ ਆਊਗਾ ਇੱਕ ਗੱਲ ਕਹੀ ਸੀਗੀ ਲੋਕ ਕਮੈਂਟ ਕਰ ਰਹੇ ਅਸੀਂ ਨਹੀਂ ਕਹਿੰਦੇ ਕਿ ਜਦੋਂ ਸੁਖਬੀਰ ਸਿੰਘ ਬਾਦਲ ਹਰਸਿੰਦਰ ਕੌਰ ਨੂੰ ਬਾਦਲ ਨੂੰ ਕੋਈ ਪੁੱਛਦਾ ਸੀ ਬੇਅਦਬੀ ਬਾਰੇ ਉਹ ਕਹਿੰਦਾ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਦਾ ਕੱਖ ਨਾ ਰਵੇ ਹਾਂ ਠੀਕ ਹੈ ਫਿਰ ਉਹ ਉਹੀ ਗੱਲ ਆ ਗਈ ਵੀ ਜਵਾਨ ਦੇ ਉੱਤੇ 24 ਘੰਟਾ ਚੱਕ ਮਾਰੀ ਜਿਹੜੀ ਗੱਲ ਬੋਲੀ ਹੈ ਕਈ ਵਾਰੀ ਉਹ ਸੱਚ ਹੋ ਜਾਂਦੀ ਹੈ ਤੇ ਮੈਂ ਵੀ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਜਿਨ੍ਹਾਂ ਨੇ ਥਰਮਲ ਦੀਆਂ ਚਿਮੜੀਆਂ ਦੇ ਗਈਆਂ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਇਹਦੇ ਵਾਸਤੇ ਤੇ ਜਿਵੇਂ ਚਿਮੜੀਆਂ ਢਿੱਗੀਆਂ ਐ ਆ ਹੀ ਨਹੀਂ ਗਣਗੇ ਤੇ ਉਹ ਸਾਡੀ ਵੀ ਗੱਲ ਕਰੇ ਸੱਚ ਹੋ ਗਈ ਤੇ ਜਿਹੜੀ ਹਰ ਸਿਮਰਤ ਕਹਿੰਦੀ ਸੀ ਉਹਨਾਂ ਦਾ ਕੱਖ ਨਾ ਰਹੇ ਤੇ ਫਿਰ ਉਹਨਾਂ ਦਾ ਕੱਖ ਰਿਹਾ ਵੀ ਨਹੀਂਗਾ ਹੁਣ ਉਹਨਾਂ ਦਾ ਆਪਦਾ ਹੀ ਕਿਉਂਕਿ ਬੇਅਦਬੀ ਉਹਨਾਂ ਨੇ ਕਰਵਾਈ ਸੀ ਉਹਨਾਂ ਨੂੰ ਬੇਅਦਬੀ ਕਰਨ ਵਾਲਿਆਂ ਦਾ ਪਤਾ ਸੀ ਉਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸ਼ੈਲਟਰ ਕੀਤਾ ਉਹਨਾਂ ਨੂੰ ਬਚਾਓ ਕੀਤਾ ਉਹਨਾਂ ਦਾ ਸੋ ਇਸ ਕਰਕੇ ਫਿਰ ਗੁਰੂ ਰਾਮਦਾਸ ਜੀ ਨੇ ਉਹਨਾਂ ਦੀ ਅਰਦਾਸ ਹੈ ਜਿਹੜੀ ਤੇ ਉਹਨਾਂ ਨੇ ਫਿਰ ਸੁਣ ਲਈ ਤੇ ਉਹਨਾਂ ਦਾ ਜਿਹੜਾ ਸਿਆਸਤ ਦੇ ਵਿੱਚ ਦਾ ਹੁਣ ਕੱਖ ਨਹੀਂ ਰਿਹਾਗਾ ਤੇ ਹੁਣ ਪਰਿਵਾਰਕ ਤੌਰ ਤੇ ਇਹਨਾਂ ਆਪਾਂ ਲਾ ਬਖਸ਼ਾ ਲੈਣ ਤੇ ਜਾਂ ਇਹਨਾਂ ਦਾ ਅੰਤ ਮੜਾ ਹੀ ਆ ਹੁਣ ਜਰੂਬ ਸਿੰਘ ਗਿੱਲ ਕਿਸੇ ਸਮੇ ਮੇਅਰ ਨਹੀਂ ਬਣ ਦਿੱਤਾ ਸੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਰਾਬਰ ਦੀ ਕੁਰਸੀ ਤੇ ਜਾ ਕੇ ਬਹਿ ਗਿਆ ਕਿਵੇਂ ਦਿਖਦੀ ਬਰਾਬਰ ਦੀ ਤਾਂ ਕਿਉਂ ਜੀ ਹੁੰਦਾ ਇਹ ਇਹ ਤਾਂ ਇਹ ਤਾਂ ਬਿਲਕੁਲ ਥੱਲੇ ਡਿੱਗ ਪਿਆ ਤੇ ਜਰੂਬ ਸਿੰਘ ਗਿੱਲ ਦਾ ਹੁਣ ਬਹੁਤ ਉੱਚੇ ਮਕਾਮ ਤੇ ਲੈ ਕੇ ਜਾਵਾਂਗੇ ਅਸੀਂ ਹਜੇ ਵੀ ਉਹਨੂੰ ਹੋਰ ਤੇ ਸੋ ਇਸ ਕਰਕੇ ਮਤਲਬ ਹੁਣ ਇਹ ਬਰਾਬਰ ਪ੍ਰੂਫ ਵਾਲੀ ਗੱਲ ਨਹੀਂ ਰਹਿ ਗਈ ਹੁਣ ਤਾਂ ਇਹਨਾਂ ਦਾ ਬਸ ਜੁੱਲੀ ਬਿਸਤਰਾ ਗੋਲ ਹੈ ਮੈਂ ਜਿਹੜਾ ਜੀਪ ਦੇ ਉੱਤੇ ਚੜ੍ਹ ਕੇ ਇੱਕ ਪ੍ਰਦਰਸ਼ਨ ਕੀਤਾ ਸੀ ਲੋਕਾਂ ਨੂੰ ਹਾਂ ਲੋਕਾਂ ਨੂੰ ਜਿਹੜੀ ਮੈਂ ਅਪੀਲ ਕੀਤੀ ਸੀ ਕਿ ਭਰਾਵੋ ਇਹਨੂੰ ਵੋਟ ਨਾ ਪਾਓ ਹੋਰ ਜੀ ਨੂੰ ਮਰਜ਼ੀ ਪਾ ਦਿਓ ਤੇ ਸੋ ਮਤਲਬ ਹੁਣ ਤਾਂ ਮਤਲਬ ਇਹਨਾਂ ਦਾ ਜਿਹੜਾ ਬਸ ਜੁੱਲੀ ਬਿਸਤਰਾ ਗੋਲ ਹੈ ਉਹਦਾ ਗੱਲ ਕਹੀ ਸੀ ਕਿ ਤੂੰ ਇੱਕ ਜੱਟ ਦੇ ਪੁੱਤ ਨਾਲ ਟਿੱਡੇ ਨਾਲ ਪੰਗਾ ਦਾ ਲੈ ਲਿਆ ਤੇ ਤੇਰਾ ਜੁੱਲੀ ਬਿਸਤਰਾ ਗੋਲ ਕਰਕੇ ਨਾ ਭੇਜਿਆ ਤੇ ਮੈਨੂੰ ਵੀ ਜੱਟ ਦਾ ਪੁੱਤ ਨਾ ਜਾਣੀ ਤੇ ਉਹ ਅਸੀਂ ਆਪਦੇ ਬੋਲ ਪੂਰੇ ਭਗਾਤੇ ਉਹ ਬੋਲਪੁਰੇ ਬਿਗਾਤੇ ਕਹਿੰਦੇ ਕਮੈਂਟ ਆ ਰਿਹਾ ਕਹਿੰਦੇ ਮੁਲਾਜ਼ਮਾਂ ਦੇ ਕਾਲਜੇ ਠੰਡ ਪਈ ਹੈ ਪਈ ਹੈ ਬਿਲਕੁਲ ਜੀ ਬਿਲਕੁਲ ਠੰਡ ਕਾਦੀ ਸਾਡੇ ਤਾਂ ਬਰਫ ਜਾਮੀ ਪਈ ਐ ਇੰਨੀ ਸਾਨੂੰ ਤਾਂ ਇੰਨੀ ਖੁਸ਼ੀ ਹੋਈ ਪਈ ਐ ਕਿ ਮਤਲਬ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਜਿਹੜਾ ਲੋਕਾਂ ਦਾ ਧੰਵਾਦ ਕਿਵੇਂ ਕਰੀਏ ਵੀ ਹੁਣ ਕੀ ਕਰੀਏ ਤੇ ਹੁਣ ਹੌਲੀ ਹੌਲੀ ਅਸੀਂ ਅਸੀਂ ਵੀ ਉਹਦੇ ਅਖਰੋਂ ਹੋਸ਼ ਚਾ ਰਹੇ ਹੁਣ ਤੇ ਆਮ ਆਦਮੀ ਪਾਰਟੀ ਤੋਂ ਜਿਹੜੀਆਂ ਮੈਂ ਉਮੀਦਾਂ ਜਿਹੜੀਆਂ ਉਹਨਾਂ ਨੇ ਕਰੀਆਂ ਅਸੀਂ ਕਾਮਨਾ ਕਰਦੇ ਹਾਂ ਕਿ ਉਹਦੇ ਤੇ ਉਹ ਪੂਰੀ ਉਤਰੇ ਤੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਡਿਮਾਂਡਾਂ ਸਾਰੀਆਂ ਪੂਰੀਆਂ ਕਰੇ ਬੇਅਦਬੀ ਦੇ ਜਿਹੜੇ ਦੋਚੀ ਆ ਉਹਨਾਂ ਨੂੰ ਨੰਗਾ ਕਰੇ ਤੇ ਜਿਹੜੇ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਫੜ ਕੇ ਅੰਦਰ ਕਰੇ ਜਿਹੜੀ ਕਿਸਾਨ ਹੈ ਮਜ਼ਦੂਰ ਹੈ ਉਹਨਾਂ ਵਿਚਾਰਿਆਂ ਤੇ ਜਿਹੜੇ ਖੁਦਕਸ਼ੀਆਂ ਕਰੀ ਜਾਂਦੇ ਆ ਉਹਨਾਂ ਦਾ ਵੀ ਜਿਹੜਾ ਪੂਰਾ ਧਿਆਨ ਰੱਖਿਆ ਜਾਵੇ ਉਹਨਾਂ ਦੇ ਕਰਜ਼ੇ ਕੁਰਜ਼ਿਆਂ ਦਾ ਉਹਨਾਂ ਨੂੰ ਹੋਰ ਉਹਨਾਂ ਨੂੰ ਖਾਦਾਂ ਦਾ ਸਬਸਿਡੀਆਂ ਦਾ ਦਵਾਈਆਂ ਦਾ ਚੰਗੇ ਬੀਜਾਂ ਦਾ ਸਾਰਾ ਦਾ ਪ੍ਰਬੰਧ ਕਰੀਏ ਤੇ ਸੋ ਅਸੀਂ ਆਮ ਆਦਮੀ ਪਾਰਟੀ ਤੋਂ ਇਹੀ ਚਾਹੁੰਦੇ ਆ ਔਰ ਅਸੀਂ ਇਸ ਮੈਂ ਇਸ ਗੱਲ ਤੋਂ ਬੜਾ ਇੰਪ੍ਰੈਸਡ ਹੋਇਆ ਕਿ ਜਿਹੜਾ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਦਫ਼ਤਰਾਂ ਦੇ ਵਿੱਚ ਪਾਪਾ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਭਗਤ ਸਿੰਘ ਦੀ ਤੇ ਡਾਕਟਰ ਅਬੇਦ ਕਰਦੀ ਲੱਗੂਗੀ ਚਲੋ ਇਹਨਾਂ ਨੇ ਭਗਤ ਸਿੰਘ ਦੀ ਫੋਟੋ ਜਿਹੜੀ ਨੋਟਾਂ ਤੇ ਤਾਂ ਨਹੀਂ ਲੱਗਣ ਦਿੱਤੀ ਤੇ ਅਸੀਂ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਦਾ ਕਿ ਉਹਨੇ ਦਫ਼ਤਰਾਂ 'ਚ ਤਾਂ ਲਾਉਣ ਦੀ ਗੱਲ ਕੀਤੀ ਹੈਗੀ ਹੈ ਹੋਰ ਦੂਸਰਾ ਉਹਨਾਂ ਨੇ ਕਿਹਾ ਕਿ ਅਸੀਂ ਖਟਗੜ ਕਲਾ ਜਾ ਕੇ ਉੱਥੇ ਸੌ ਚੱਕਰੀਆਂ ਅਸੀਂ ਮਹਿਲਾ ਦੇ ਵਿੱਚ ਜਾਂ ਅਸੀਂ ਜਿਹੜੇ ਰਾਜਪਾਵਣਾ ਦੇ ਵਿੱਚ ਹਿੱਸੇ ਚੱਕਰੀ ਇਹ ਵੀ ਉਹਨਾਂ ਦਾ ਪੱਕਾ ਤਾਂ ਬਹੁਤ ਵਧੀਆ ਹੈਗਾ ਤੇ ਯਾਰ ਉਹਨਾਂ ਨੇ ਪਾਚਨ ਸ਼ੁਰੂ ਕੀਤਾ ਹੈ ਇਨਕਲਾਬ ਜਿੰਦਾਬਾਦ ਤੋਂ ਅਸੀਂ ਉਹਦਾ ਸਮਰਥਨ ਕਰਦੇ ਹਾਂ ਤੇ ਉਹਨਾਂ ਤੋਂ ਪੂਰੀਆਂ ਆਸਾਂ ਦੇ ਨਾਲ ਅਸੀਂ ਜਿਹੜੇ ਹ ਆਪ ਦੇ ਵਧੀਆ ਜਿਆਦਾ ਆਉਣਗੇ اچھا ਇੱਕ ਗੱਲ ਇੱਕ ਮਿੰਟ ਲੈਣਾ ਚਾਹਾਂਗੇ ਚੰਨੀ ਸਾਹਿਬ ਨੇ ਬੱਕਰੀ ਚ ਹੋਈ ਸੀ ਇਹਨਾਂ ਦੇ ਦਿਨਾਂ ਦੇ ਵਿੱਚ ਉਹ ਕਹਿੰਦੇ ਰਾਸ ਨਹੀਂ ਆਈ ਲੱਗਦਾ ਬੱਕਰੀ ਜੋੜੀ ਉਹਨਾਂ ਨੂੰ ਹੋਰ ਇਹ ਵੇਖੋ ਵੀ ਮੈਂ ਕਹਿੰਦਾ ਵੀ ਜਿੰਨਾ 3 ਮਹੀਨਾ ਚ ਨੁਕਸਾਨ ਚੰਨੀ ਨੇ ਕਰਤਾ ਇਹਨਾਂ ਦਾ ਸਾਢੇ 4 ਸਾਲਾਂ ਦੇ ਵਿੱਚ ਉਜਰਾ ਕੈਪਟਨ ਨੇ ਵੀ ਕੀਤਾ ਹੋਣਾਗਾ ਸੋ ਇਹ ਐਵੇਂ ਬੇਹੁੱਦੀਆਂ ਗੱਲਾਂ ਕਰ ਰੀਆਂ ਮੈਂ ਗੁੱਲੀ ਡੰਡਾ ਖੇਡ ਲੈਣਾ ਮੈਂ ਬਾਦਰਕੇਲਾ ਖੇਡ ਲੈਣਾ ਮੈਂ ਮੱਜੇ ਬੁਣ ਲੈਣਾ ਤੈਨੂੰ ਇਹ ਨਹੀਂ ਪਤਾ ਹੀ ਪੜੌਣਾ ਦੀ ਮੰਜੀ ਠੋਕਰ ਵੀ ਜਾਂਦੇ ਜੇ ਤੂੰ ਮੁੱਲ ਲੈਣਾ ਤਾਂ ਤੇ ਲੋਕਾਂ ਨੇ ਮੰਜੀ ਠੋਕ ਵੀ ਦਿੱਤੀ ਕਦੇ ਤੂੰ ਮੈਂ ਬੱਕਰੀਆਂ ਚੋਲ ਲੈਣਾ ਮੈਂ ਧਾਰ ਕੱਢ ਲੈਣਾ ਇਹ ਗੱਲਾਂ ਮੁੱਖ ਮੰਤਰੀ ਦੇ ਲੈਵਲ ਦੀਆਂ ਨਹੀਂ ਹੁੰਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਨੂੰ ਨਹੀਂ ਕਰਨੀ ਚਾਹੀਦੀਆਂ ਇਹਨਾਂ ਨੂੰ ਸੀਰੀਅਸ ਹੋ ਕੇ ਕੰਮ ਕਰਨਾ ਚਾਹੀਦਾ ਇੱਕ ਪਾਸੇ ਹਜ਼ਾਰਾਂ ਲੋਕ ਜਿਹੜੇ ਆ ਸੈਂਕੜੇ ਲੋਕ ਆ ਜਿਹੜੇ ਸਾਡੇ ਦਿੱਲੀ ਦੇ ਬਾਡਰ ਤੇ ਮਰ ਗਏ ਹਰ ਰੋਜ਼ ਕਿਸਾਨ ਖੁਦਕਸ਼ੀਆਂ ਕਰੀ ਇਹ ਲੋਕਾਂ ਦੇ ਨਾਲ ਮਜ਼ਾਕ ਕਰਦੇ ਫਿਰਦੇ ਆ ਕਦੇ ਕਿਸੇ ਦੀ ਬੱਕਰੀ ਚੋਲੀ ਕਦੇ ਕਿਸੇ ਦੀ ਗਾਂ ਚੋਲੀ ਕਦੇ ਕਿਸੇ ਦੇ ਝੁੱਲ੍ਹੇ ਤੇ ਜਾ ਕੇ ਬਹਿ ਗਏ ਕਦੇ ਜਾ ਕੇ ਕਿਸੇ ਦੇ ਟੂਬਵਲ ਤੇ ਬਹਿ ਗਏ ਸੋ ਇਹ ਗੱਲਾਂ ਲੋਕ ਚੰਗੀ ਜਿਹਾ ਸਮਝਦੇ ਆ ਲੋਕ ਸਿਆਣੇ ਹੋ ਗਏ ਸੋਸ਼ਲ ਮੀਡੀਆ ਦੇ ਕਰਤੇ ਹੁਣ ਤਾਂ ਸੀਰੀਅਸ ਹੋ ਕੇ ਸਿਆਸਤ ਕਰਨੀ ਪੈਣੀ ਆ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਲੋਕਾਂ ਦੇ ਵਿੱਚ ਮੁੱਦਾ ਲੈ ਕੇ ਜਾਂਦੇ ਹੋ ਜੇ ਉਹ ਪੂਰਾ ਕਰ ਸਕਦੇ ਹੋ ਤਾਂ ਤਾਂ ਹੀ ਉਹ ਵਾਅਦਾ ਕਰੋ ਨਮਰਨਾ ਨਾ ਕਰੋ ਲੋਕ ਬਖਸ਼ ਦੇ ਜੀ ਕੈਪਟਨ ਸਾਹਿਬ ਨੇ ਇਹਨਾਂ ਨੇ ਤਾਂ ਬੱਕਰੀ ਚੋਈ ਸੀ ਕੈਪਟਨ ਸਾਹਿਬ ਨੇ ਜਾਂਦੀ ਆ ਰਹੀ ਇੱਕ ਕੱਟਾਦਾਨ ਕੀਤਾ ਸੀ ਜਿੱਤਣ ਵਾਸਤੇ ਉਹ ਕੱਟਾਦਾਨ ਕੀਤਾ ਸੀ ਮੈਨੂੰ ਲੱਗਦਾ ਉਹਨਾਂ ਨੂੰ ਰਾਸ ਨਹੀਂ ਆਇਆ ਹਾਂਜੀ ਬਿਲਕੁਲ ਵੀ ਇਹ ਇਹ ਵੀ ਇੱਕ ਪਹਿਲੀ ਵਾਰੀ ਹੈ ਵੀ ਲੋਕ ਗਊਦਾਨ ਕਰਦੇ ਆ ਜਾਂ ਕੋਈ ਲੋਕ ਜਿਹੜੇ ਆਪਣਾ ਬੋਕਦਾਨ ਕਰ ਦਿੰਦੇ ਆ ਹੋਰ ਹੈ ਤੇ ਇਹ ਇਹ ਪਤਾ ਨਹੀਂ ਕਿਹਦੇ ਹਿਸਾਬ ਦੇ ਨਾਲ ਵੀ ਪੜਤਾ ਨੂੰ ਕੱਟਾਦਾਨ ਕਰਨ ਵਾਸਤੇ ਬੈਠ ਗਿਆ ਸੋ ਇਹ ਵੀ ਇਹਨਾਂ ਦੀਆਂ ਬੇਹੁਦੀਆਂ ਗੱਲਾਂ ਹੀ ਸੀਗੀਆਂ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਕਿ ਜਦੋਂ ਪ੍ਰਮਾਤਮਾ ਜਦੋਂ ਨਿਗਾ ਉਹਦੀ ਪੁੱਠੀ ਹੁੰਦੀ ਹੈ ਨਾ ਤਾਂ ਉਦੋਂ ਫਿਰ ਉਹ ਡਾਕ ਨਹੀਂ ਮਾਰਦਾ ਉਹ ਮੱਤ ਮਾਰਦਾ ਤੇ ਇਹਨਾਂ ਸਾਰਿਆਂ ਦੀ ਮੱਤ ਹੀ ਮਾਰੀ ਗਈ ਕੋਈ ਕੱਟਾ ਦਾਣ ਕਰਨ ਲੱਗ ਗਿਆ ਕੋਈ ਬੱਕਰੀ ਚੋਣ ਲੱਗ ਗਿਆ ਕੋਈ ਗੁੱਲੀ ਡੰਡਾ ਖੇਡਣ ਲੱਗ ਗਿਆ ਕੋਈ ਕੁਛ ਕਰਨ ਲੱਗ ਗਿਆ ਸੋ ਇਸ ਕਰਕੇ ਪ੍ਰਮਾਤਮਾ ਨੇ ਇਹਨਾਂ ਦੀ ਮੱਤ ਮਾਰਤੀ ਸਾਰਿਆਂ ਦੀ ਤੇ ਔਰ ਵੱਡੀ ਪੱਧਰ ਦੇ ਉੱਤੇ ਇਹ ਹੁੰਜਾ ਜਿਹੜਾ ਫਿਰਿਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਜਿਹੜੀ ਪੰਜਾਬ ਹਲ ਸਵਾ ਉਹ ਗੈਰ ਬਾਦਲਾਂ ਦੀ ਹੋਊਗੀ ਉੱਥੇ ਬਾਦਰ ਰਹਿਤ ਹੋਊਗੀ ਤੇ ਹੁਣ ਜਿਹੜੇ ਆ ਵਧੀਆ ਕਿਸਮ ਦੇ ਢਾਲ ਉੱਥੇ ਕੰਮ ਥੰਦੇ ਜਿਹੜੇ ਆ ਉਹ ਹੋਣਗੇ ਇਸ ਤੋਂ ਇਲਾਵਾ ਜਿਹੜੀ ਹੈ ਮਤਲਬ ਅਸੀਂ ਗੱਲ ਇਹ ਸਮਝਦੇ ਆ ਕਿ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ ਪਾਪ ਕਮਾਇਆ ਸੀਗਾ ਗੁਰਦਾਣਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਕੇ ਕਿਉਂਕਿ ਨਾ ਉਹ ਬਾਬਾ ਨਾਨਕ ਦੀ ਯਾਦਗਾਰ ਦੇ ਵਿੱਚ ਉਹਦਾ ਨਿਊ ਪੱਥਰ ਰੱਖਿਆ ਸੀਗਾ ਔਰ 750 ਕਰੋੜ ਰੁਪਇਆ ਲੱਗਿਆ ਸੀ ਤੇ ਬਾਬੇ ਨਾਨਕ ਦੇ ਨਾਂ ਦੇ ਉੱਤੇ ਉਹ ਚੱਲ ਰਿਹਾ ਸੀ ਆ ਬੜੀ ਸਸਤੀ ਬਿਜਲੀ ਪੈਦਾ ਕਰ ਰਿਹਾ ਸੀ ਤੇ ਉਹਨੂੰ ਬੰਦ ਕਰਨ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾ ਏ ਆਪਣਾ ਮਨਪ੍ਰੀਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਤੇ ਰਾਣਾ ਗਰਜੀਤ ਆ ਕਿਉਂਕਿ ਨਾ ਇਹ ਮੈਂ ਸਮਝਦਾ ਕਿ ਇਹ ਪੰਜੇ ਬੰਦੇ ਜਿਹੜੇ ਐ ਇਹ ਕਾਤਲ ਸੀਗੇ ਗੁਰਨਾਨਕ ਦੇਵ ਸਾਡਾ ਬਠਿੰਡਾ ਦੇ ਤਾਂ ਇਨ੍ਹਾਂ ਚਾਰਾਂ ਨੂੰ ਤਾਂ ਉਮਰ ਕਾਇਦ ਹੋ ਗਈ ਤੇ ਜਿਹੜਾ ਰਾਣਾ ਗਰਜੀਤ ਆ ਉਹ ਵਾਧਾ ਮਾਫਗਵਾਹ ਬਣ ਕੇ ਉਹ ਆਪ ਦਾ ਪਹਾਂ ਕਰ ਗਿਆ ਹੈਗਾ ਸੋ ਇਸ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਨੇ ਪਾਪ ਕਮਾਇਆ ਸੀ ਬਹੁਤ ਵੱਡਾ ਤਾਂ ਇਹ ਇਹ ਇਹਨਾਂ ਨੂੰ ਉਹਦਾ ਫਲ ਮਿਲਿਆ ਹੈਗਾ ਤੇ ਅਸੀਂ ਉਦੋਂ ਵੀ ਕਹਿੰਦੇ ਸੀਗੇ ਤੇ ਹੁਣ ਵੀ ਕਹਿੰਦੇ ਆ ਕਿ ਜਿਹੜਾ ਬਾਬਾ ਨਾਨਕ ਦੇ ਘਰ ਦੇ ਨਾਲ ਮੱਥਾ ਲਾਊਗਾ ਤਾਂ ਉਹਦਾ ਨਾਸ਼ ਹੋਣਾ ਹੀ ਹੋਣਾ ਤੇ ਇਹਨਾਂ ਦਾ ਨਾਸ਼ ਹੋ ਗਿਆ ਆ ਬਾਬਾ ਧੰਵਾਦਨ ਸਾਹਿਬ ਧੰਨਵਾਦ ਤਾਂ ਗੱਲਬਾਤ ਕੀਤੀ ਸੰਧੂ ਸਾਹਿਬ ਕਹਿੰਦੇ ਵੀ ਬੜੀ ਖੁਸ਼ੀ ਆ ਸਾਨੂੰ ਕਿ ਜਿਹੜੀ ਪੰਜਾਬ ਵਿਧਾਨ ਸਭਾ ਉਹ ਬਾਦਲ ਰਹਿਤ ਹੋਊਗੀ ਬਾਦਲ ਰਹਿਤ ਵੀ ਹੈ ਕਈ ਪਰਿਵਾਰ ਜਿਹੜੇ ਐ ਫਿਕਸ ਸੀਗੇ ਪੰਜਾਬ ਦੀ ਰਾਜਨੀਤੀ ਵਿੱਚ ਕੈਪਟਨ ਪਰਿਵਾਰ ਹੋਣ ਬਾਦਲ ਪਰਿਵਾਰ ਹੋਣ ਇਹਨਾਂ ਨੇ ਜਾਣਾ ਹੀ ਹੁੰਦਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਥੇ ਪਹੁੰਚਣਾ ਹੁੰਦਾ ਸੀ ਪਰ ਇਸ ਵਾਰ ਜਿਹੜੀ ਵਿਧਾਨ ਸਭਾ ਉਹ ਨਵੇਕਲੀ ਹੋਵੇਗੀ ਬਹੁਤੇ ਚਿਹਰੇ ਨਵੇਂ ਜਾ ਰਹੇ ਨੇ ਇਸ ਵਾਰ ਬਹੁਤ ਗਿਣਤੀ ਦੇ ਵਿੱਚ ਚਿਹਰੇ ਨਵੇਂ ਜਾ ਰਹੇ ਨੇ ਉਹ ਨਵੇਂ ਚਿਹਰੇ ਚੰਗਾ ਕੰਮ ਕਰਦੇ ਆ ਜਾਂ ਨਹੀਂ ਕਰਦੇ ਇਹ ਦੇਖਣਾ ਹੋਵੇਗਾ ਉਹ ਵਿਧਾਨ ਸਭਾ 'ਚ ਬਹਿ ਕੇ ਪੰਜਾਬ ਦੀ ਕਿਸਮ ਦੇ ਵੱਲੋਂ ਲਿਖਦੇ ਆ ਇਹ ਵੀ ਦੇਖਣਾ ਹੋਵੇਗਾ ਪਰ ਜਿਹੜੇ ਮੁਲਾਜ਼ਮ ਹੈ ਉਹ ਖੁਸ਼ ਹੈ ਕਿਉਂਕਿ ਉਹਨਾਂ ਨੂੰ ਕਹਿਣਾ ਕਿ ਜਿਹੜਾ ਪੰਜਾਬ ਦਾ ਵਿੱਤ ਮੰਤਰੀ ਸੀ ਉਹ ਸਾਨੂੰ ਖਜ਼ਾਨਾ ਖਾਲੀ ਦੇ ਨਾਂ ਤੇ ਲਗਾਤਾਰ ਤੰਗ ਕਰਦਾ ਆ ਰਿਹਾ ਸੀ ਇਸ ਵਾਰ ਲੋਕਾਂ ਨੇ ਉਹਨਾਂ ਦੀਆਂ ਮਸ਼ੀਨਾਂ ਖਾਲੀ ਕਰਕੇ ਤੋੜਿਆ ਸਾਨੂੰ ਬੜੀ ਖੁਸ਼ੀ ਹੈ ਕੈਮਰਾ ਪਰਸਨ ਹਮਤਾਜ ਢੱਲਾ ਦੇ ਨਾਲ ਮਨਿੰਦਰ ਜੀ ਸਿੱਧੂ ਲੋਕਵਾਇਟੀ